ਘੁੰਮਣ ਘੁਮਾਉਣ ਨੂੰ ਤਾਂ ਥਾਰ ਰੱਖੀ ਹੈ, ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ। ਜਦੋਂ ਵੀ ਕੋਈ ਪਟਾਕੇ ਮਾਰਦਾ ਬੁਲਟ ਕਿਸੇ ਪਾਸੇ ਤੋਂ ਲੰਘਦਾ ਹੈ ਤਾਂ ਗੀਤ ਸੁਣਨ ਦੇ ਸ਼ੌਕੀਨਾਂ ਦੇ ਕੰਨਾਂ 'ਚ ਪਟਾਕਿਆਂ ਦੇ ਨਾਲ ਨਾਲ ਇਹ ਸਤਰਾਂ ਵੀ ਸਿਰ 'ਚ ਵੱਜਣ ਲੱਗ ਪੈਂਦੀਆਂ ਨੇ। ਪਰ ਆਹ ਦੇਖੋ, ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਸ਼ਹਿਰ 'ਚ ਲੋਕਾਂ ਦੀ ਵੱਡੀ ਸਿਰਦਰਦੀ ਦਾ ਇਲਾਜ ਕਿਸੇ ਡਾਕਟਰ ਤੋਂ ਨਹੀਂ ਸਗੋਂ ਮਿਸਤਰੀਆਂ ਤੋਂ ਕਰਵਾ ਰਹੇ ਨੇ। ਕਈ ਵਾਰ ਤਾਂ ਗਰਮਾ ਗਰਮੀ 'ਚ ਮਿਸਤਰੀ ਵੀ ਗਰਮ ਸੈਲੈਂਸਰ ਨੂੰ ਹੱਥ ਲਾ ਬੈਠਦਾ ਸੀ। ਅਸਲ 'ਚ ਸ਼ਹਿਰ 'ਚ ਬੁਲਟ ਦੇ ਪਟਾਕੇ ਮਾਰਨ ਵਾਲੇ ਲੋਕਾਂ ਲਈ ਇਹ ਨੌਜਵਾਨ ਮੁੰਡੇ ਵੱਡੀ ਸਿਰਦਰਦੀ ਬਣੇ ਹੋਏ ਸਨ। ਜਿਸ ਦੀ ਭਣਕ ਜਿਵੇਂ ਹੀ ਟ੍ਰੈਫਿਕ ਵਾਲਿਆਂ ਨੂੰ ਪਈ ਤਾਂ ਹਰੇਕ ਆਉਣ ਜਾਣ ਵਾਲੇ ਬੁਲਟ ਦੇ ਸੈਲੈਂਸਰ ਦੀ ਚੈਕਿੰਗ ਕੀਤੀ ਗਈ ਅਤੇ ਜੋ ਦੋਸ਼ੀ ਪਾਇਆ ਗਿਆ ਉੱਥੇ ਮੌਕੇ 'ਤੇ ਹੀ ਮੋਟੇ ਮੋਟੇ ਚਲਾਨ ਵੀ ਨੌਜਵਾਨਾਂ ਦੇ ਕੱਟੇ ਗਏ। ਹੁਣ ਸੁਣੋ ਇਸ ਕਾਰਵਾਈ ਪਿੱਛੇ ਟ੍ਰੈਫਿਕ ਪੁਲਿਸ ਕੀ ਸੁਨੇਹਾ ਦੇਣਾ ਚਾਹੁੰਦੀ ਹੈ। ਹਦਾਇਤਾਂ ਅਨੁਸਾਰ ਅੱਜ ਅਸੀਂ ਬੌੜਾਂ ਗੇਟ ਚੌਂਕ ਵਿੱਚ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਮਾਰਨ ਵਾਲੇ ਸੀ ਉਹਨਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਅਤੇ ਚਾਰ ਬੁਲਟ ਮੋਟਰਸਾਈਕਲਾਂ ਦੇ ਚਲਾਨ ਕੀਤੇ, ਚਾਰ ਦੇ ਸਲੰਸਰ ਲਾਏ ਗਏ ਹਨ। ਇਸ ਦਾ ਚਲਾਨ ਘੱਟੋ ਘੱਟ 5,000 ਰੁਪਏ ਦਾ ਜੀ। ਚਾਰ ਚਲਾਨ ਕੀਤੇ ਨੇ, ਹੁਣ ਸ਼ਾਮ ਤੱਕ ਜਾਰੀ ਰੱਖੇ ਜਾਣਗੇ, ਹੋਰ ਵੀ ਚਲਾਨ ਕੀਤੇ ਜਾਣਗੇ ਤਾਂ ਜੋ ਸ਼ਹਿਰ ਵਿੱਚ ਬਜ਼ੁਰਗ ਲੋਕ ਨੇ ਜਿਹੜੇ ਉਹਨਾਂ ਕੋਲ ਦੀ ਜਦੋਂ ਤੇਜ਼ ਰਫ਼ਤਾਰ ਆਵਾਜ਼ ਨਾਲ ਅਤੇ ਪਟਾਕੇ ਮਾਰ ਕੇ ਲੰਘਦੇ ਨੇ ਤਾਂ ਉਹਨਾਂ ਨੂੰ ਹਾਰਟ ਅਟੈਕ ਵਗੈਰਾ ਹੋਣ ਦੀ ਬਹੁਤ ਪ੍ਰੋਬਲਮ ਆ ਸਕਦੀ ਹੈ। ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਮੋਟੇ ਮੋਟੇ ਚਲਾਨ ਕਟਵਾਉਣ ਉਪਰੰਤ ਕੀ ਇਹ ਨੌਜਵਾਨ ਵਰਗ ਸੁਧਰਦਾ ਹੈ ਜਾਂ ਫਿਰ ਦੋ ਪਹੀਆਂ ਕਿੱਧਰ ਗਈਆਂ ਵਾਲੀ ਕਹਾਵਤ ਆਪਣੇ 'ਤੇ ਲਾਗੂ ਕਰਦਾ ਹੈ। ਹਕੀਕਤ ਵੀ ਪੰਜਾਬੀ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ।